ਉਧਰੋਂ ਮਿੰਟੂ ਜੀ ਆਪਾਂ ਉਹ ਸੀਐਸਆਈ ਦੀ ਗੱਲ ਕਰ ਲਈਏ ਉਹਦੇ ਮਾਮਲੇ 'ਚ ਵੀ ਐਸੇ ਕਨਿਕ ਖੁਲਾਸੇ ਹੋਏ ਜਿਨੇ ਪੂਰਾ ਟੱਬਰ ਹੀ ਆਪਦਾ ਖਤਮ ਕਰ ਦਿੱਤਾ ਜੀ ਨਾਲੇ ਕਨਿਕ ਇੱਕ ਬੇਜਵਾਨ ਵੀ ਉਹਨੇ ਮਿਲਦਾ ਮੇਰੇ ਖਿਆਲ ਨਾਲ ਉਹਦੇ ਵੀ ਗੋਲੀ ਮਾਰ ਉਹਨੇ ਜ਼ਬਾਨ ਵਾਲੇ ਨਹੀਂ ਛੱਡੇ ਤੇ ਬੇਜ਼ਬਾਨੇ ਤੇ ਕੀ ਤਰਸ ਕਰਨਾ ਜੀ ਜਦੋਂ ਬੰਦੇ ਤੇ ਖੂਨ ਸਵਾਰ ਹੋ ਜਾਂਦਾ ਹੈ ਨਾ ਮਾਨ ਸਾਹਿਬ ਦੱਸਦੇ ਆ ਕਿ ਬਾਅਦ ਦੇ ਵਿੱਚ ਜਦੋਂ ਜਿਹੜੀ ਉਹ ਕੁੜੀ ਲੈ ਗਿਆ ਗਨਪੁਆਇੰਟ ਤੇ ਜੀ ਉਹਦੇ ਕੋਲ ਜਿਹੜੀ ਮੈਂ ਫੋਟੋ ਦੇਖੀ ਐ ਅਸਲਾ ਉਹਦੇ ਕੋਲ ਕਾਰਬਾਈਨ ਐ अच्छा जी हां जी कारबाइन है पिस्तौल नहीं है क्योंकि मीडिया रिपोर्टा में पिस्तौल कही जातीयां सीगियां जी ता वो जदों ले गया जी ता उस ਘਰੇ ਉਹਨੇ ਫੋਨ ਕੀਤਾ ਦੱਸਦੇ ਆ ਜੀ ਫੋਨ ਕਰਕੇ ਪਛਤਾ ਰਿਆ ਸੀ ਕਿ ਮੈਥੋਂ ਮੇਰੇ ਜੀ ਮਰ ਗਏ ਆ ਜੀ ਮੈਥੋਂ ਗਲਤੀ ਹੋ ਗਈ ਆ ਫਿਰ ਉਸ ਤੋਂ ਬਾਅਦ ਜਿਹੜੇ ਘਰ ਦੇ ਵਿੱਚ ਉਹ ਲੁਕਿਆ ਕਿਉਂਕਿ ਫੋਨ ਵਾਰ-ਵਾਰ ਕਰ ਰਿਹਾ ਸੀਗਾ ਗਿਰ ਤੁਹਾਡੀ ਕੁੜੀ ਨੂੰ ਮੈਂ ਖੁਸ਼ ਨਹੀਂ ਕਹਿੰਦਾ ਮੈਥੋਂ ਮੇਰਾ ਟੱਬਰ ਮਰ ਗਿਆ ਤਾਂ ਉਦੋਂ ਲੋਕੇਸ਼ਨ ਟ੍ਰੇਸ ਹੋਈ ਪੁਲਿਸ ਪਹੁੰਚੀ ਪੁਲਿਸ ਨੇ ਇੱਕੇ ਦਾ ਮੁੰਡਾ ਕੈਨੇਡਾ ਜਾ ਚੁੱਕਾ ਹੈ ਵੱਡਾ ਅੱਛਾ ਜੀ ਉਹਦੇ ਨਾਲ ਵੀ ਗੱਲ ਕਰਵਾਈ ਹੈ ਉਹਨੂੰ ਇਹਨੇ ਕਿਹਾ ਕਿ ਮੈਂ ਮਾਰ ਦਿੱਤੇ ਸਾਰੇ ਚਲੋ ਉਹ ਰਾਜੀ ਕਰਦੇ ਰਹੇ ਕਿ ਸਰੈਂਡਰ ਕਰ ਦੇ ਨਹੀਂ ਮਤਲਬ ਮੰਨਿਆ ਅਖੀਰ ਉਹ ਕੁੜੀ ਤੇ ਬਚ ਗਈ ਹਾਲਾਂਕਿ ਕੁਝ ਲੋਕ ਕੁੜੀ ਤੇ ਵੀ ਸਵਾਲ ਚੁੱਕ ਰਹੇ ਆ ਪਰ ਮੇਰੇ ਖਲ ਦੇ ਨਾਲ ਉਹ ਬਿਲਕੁਲ ਨਰਮੂਲ ਗੱਲਾਂ ਹੁੰਦੀਆਂ ਨੇ ਕਿ ਉਹ ਤੇ ਆ ਪਤਾ ਨਹੀਂ ਕਿਦਾਂ ਬਚੀ ਆ ਹਾਲਾਂਕਿ ਜਿਸ ਘਰ ਦੇ ਵਿੱਚ ਜਾ ਕੇ ਲੁਕਿਆ ਉਹਨਾਂ ਦੀਆਂ ਵੀ ਦੋ ਔਰਤਾਂ ਨੂੰ ਪਹਿਲਾਂ ਉਹਨੇ ਬੰਦੀ ਬਣਾ ਲਿਆ ਸੀਗਾ ਜੀ ਬੱਚ ਬਚੀਆਂ ਦੱਸਦੇ ਉਹ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਸ ਬੰਦੇ ਬਾਰੇ ਜੋ ਆਫੀਸ਼ੀਅਲੀ ਇਹਨਾਂ ਨੇ ਦੱਸਿਆ ਜੀ ਉਹ ਇਹੋ ਆ ਕਿ ਉਹ ਬੰਦਾ ਡੀਆਈਜੀ ਦਫਤਰ ਚ ਸੀਗਾ ਸ਼ਾਇਦ ਜੀ ਉਹ ਬੰਦਾ ਡਿਪਰੈਸ਼ਨ ਚ ਸੀਗਾ ਉਹਦੀ ਦਵਾਈ ਚਲਦੀ ਸੀਗੀ ਜੀ ਤੇ ਦੂਜੀ ਚੀਜ਼ ਜਿਹੜੀ ਇਹਨਾਂ ਨੇ ਕਹੀ ਹੈ ਕਿ ਭਾਈ ਉਹਦਾ ਸਵੇਰੇ ਕਲੇਸ ਜਿਹੜਾ ਪਿਆ ਹੈ ਨਾ ਉਹ ਇਸ ਗੱਲ ਤੋਂ ਪਿਆ ਵਾ ਕਿਉਂਕਿ ਉਹ ਆਂਦਾ ਸੀਗਾ ਕਿ ਬਟਾਲੇ ਰਹੀਏ ਜਾ ਕੇ ਸ਼ਹਿਰ ਦੇ ਵਿੱਚ ਮੁੰਡਾ ਤੇ ਜਾਂ ਉਹਦੀ ਮਾਂ ਉਹ ਇਸ ਗੱਲ ਦੇ ਨਾਲ ਇਤفاق ਨਹੀਂ ਸੰਰਖਦੇ ਸਹਿਮਤੀ ਨਹੀਂ ਸੀ ਰੱਖਦੇ ਉਹ ਕਹਿੰਦੇ ਸਨ ਪਿੰਡ ਆਪਰ ਹੀ ਜਾਂਦੇ ਆ ਠੀਕ ਠਾਕ ਆ ਪਰ ਕਈ ਵਾਰ ਤੁਹਾਨੂੰ ਪਤਾ ਨਾ ਕਿ ਜਾਣ ਆਉਣ ਦਾ ਚੱਕਰ ਖਰਚਿਆਂ ਵਰਚਿਆਂ ਦਾ ਚੱਕਰ ਕੋਈ ਬੰਦਾ ਜਿਹੜਾ ਇਸ ਤਰ੍ਹਾਂ ਦਾ ਮੁਲਾਜ਼ਮ ਹੁੰਦਾ ਹੈ ਉਹ ਆਪਦੇ ਪੱਖ ਤੋਂ ਸੋਚਦਾ ਹੈ ਕਿ ਚਲੋ ਮੈਨੂੰ ਸੁਖ ਹੋ ਜਾਏਗਾ ਹੋ ਸਕਦਾ ਹੈ ਇਥੋਂ ਕਲੇਸ਼ ਵੱਧਦਾ ਵੱਧਦਾ ਗੋਲੀਆਂ ਤੱਕ ਪਹੁੰਚਿਆ ਜਾਂ ਕਹ ਲੋ ਕਿ ਹੁਣ ਤਿਆਰਥੀਆਂ ਤੱਕ ਹੀ ਪਹੁੰਚ ਗਿਆ ਪਰ ਨੁਕਤੇ ਦੀ ਗੱਲ ਇਹ ਹੈ ਕਿ ਜੇ ਹੁਣ ਪੁਲਿਸ ਇਹ ਕਹਿੰਦੀ ਹੈ ਕਿ ਡਿਪਰੈਸ਼ਨ ਦਾ ਉਹ ਮਰੀ ਸੀਗਾ ਤੁਹਾਨੂੰ ਯਾਦ ਹੋਣਾ ਹੈ ਇੱਕ ਇਸੇ ਤਰ੍ਹਾਂ ਹੀ ਬਹੁਤ ਵੱਡੇ ਆਫਿਸ ਦੇ ਵਿੱਚ ਤਾਇਨਾਤ ਸੀਗਾ ਇੱਕ ਐਸਆਈ ਉਹਨੇ ਆਪਣੀ ਲੜਕੀ ਨੂੰ ਜਿਹੜੀ ਕੈਨੇਡਾ ਰਹਿੰਦੀ ਸੀ ਬੇਟੀਆਂ ਨਾਲ ਬਹੁਤ ਪਿਆਰ ਹੁੰਦਾ ਹੈ ਨਾ ਬਾਪ ਦਾ ਫੋਨ ਕਰਕੇ ਖੁਦ ਨੂੰ ਗੋਲੀ ਮਾਰ ਲਈ ਸੀ ਜੀ ਉਦੋਂ ਵੀ ਬਹੁਤ ਰੌਲਾ ਪਿਆ ਜੀ ਬਹੁਤ ਰੌਲਾ ਪਿਆ ਹੁਣ ਪੁਲਿਸ ਵਾਲਿਆਂ ਦੀ ਬਦਕਿਸਮਤੀ ਕਹਿ ਲੋ ਜਾਂ ਇਹਨਾਂ ਦੇ ਪਰਿਵਾਰਾਂ ਦੀ ਉਹ ਹੁਣ ਮਾਮਲਾ ਕੁਝ ਹੋਰ ਹੁੰਦਾ ਖੁਦਕੁਸ਼ੀ ਲਿਖਦੇ ਨਹੀਂ ਕੁਝ ਹੋਰ ਬਣਾ ਕੇ ਕਿਉਂਕਿ ਬੈਨੀਫਿਟਸ ਇਹਨਾਂ ਨੂੰ ਮਿਲਦੇ ਨਹੀਂ ਜਾਂ ਤਾਂ ਉਹ ਇਹਦੇ 'ਚ ਕੋਈ ਸੋਧ ਸਾਥ ਕਰਨ ਇਹ ਜੋ ਵੀ ਪੁਲਿਸ ਐਕਟ ਹੈ ਜੀ ਫਿਰ ਤੇ ਗੱਲ ਬਣਦੀ ਹੈ ਅੱਛਾ ਉਦੋਂ ਵੀ ਇਹੇ ਰੌਲਾ ਪਿਆ ਕਿ ਉਹ ਜਿਹੜਾ ਥਾਣੇਦਾਰ ਆ ਬਈ ਉਹਦੇ ਤੇ ਬਹੁਤ ਜ਼ਿਆਦਾ ਦਬਾਅ ਸੀਗਾ ਜੀ ਕੰਮ ਦਾ ਕਹਿ ਲੋ ਜਾਂ ਮਤਲਬ ਕਿ ਹੋਰ ਜਿਹੜੇ ਵੱਡੇ ਅਧਿਕਾਰੀ ਜਿਸ ਤਰ੍ਹਾਂ ਰੋਬਦਾਰੀ ਰੱਖਦੇ ਆ ਵਗੈਰਾ ਵਗੈਰਾ ਤਾਂ ਨੁਕਤੇ ਦੀ ਗੱਲ ਤੇ ਇਹ ਆ ਕਿ ਹੁਣ ਜੋ ਹੋਣਾ ਸੀ ਉਹ ਹੋ ਗਿਆ ਪਰ ਕੀ ਇਸ ਮਾਮਲੇ ਦੇ ਵਿੱਚ ਅੱਗੇ ਚਰਚਾ ਚੱਲੇਗੀ ਡਿਪਰੈਸ਼ਨ ਤੇ ਜੀ ਉਹ ਵੈਸੇ ਗੱਲ ਤਾਂ ਇੰਨੀ ਜ਼ਿਆਦਾ ਚਰਚਿਤ ਨਹੀਂ ਹੋਈ ਪੰਜਾਬ ਦੇ ਇੱਕ ਸੀਪੀ ਨੇ ਆਪਣੇ ਜ਼ਿਲ੍ਹੇ ਦੀ ਪੁਲਿਸ ਬਾਰੇ ਇੱਕ ਮਤਲਬ ਕਿ ਪ੍ਰੋਗਰਾਮ 'ਚ ਕਿਹਾ ਸੀਗਾ ਕਿ 40% ਸਾਡੇ ਜਿਹੜੇ ਮਹਿਕਮੇ ਦੇ ਮੁਲਾਜ਼ਮ ਨੇ ਉਹ ਇਸ ਚੀਜ਼ ਨਾਲ ਜੂਝ ਰਹੇ ਨੇ ਵੈਸੇ ਤੇ ਦੁਨੀਆ ਦੇ ਵਿੱਚ ਕਰੋੜਾਂ ਦੀ ਦਦਾ ਦਿਆ ਔਰ ਭਾਰਤੀਆਂ ਬਾਰੇ ਤੇ ਅੰਕੜਾ ਇਸ ਤੋਂ ਵੀ ਖਤਰਨਾਕ ਹੈ ਕਿ ਬਹੁਤ ਜ਼ਿਆਦਾ ਡਿਪਰੈਸ਼ਨ ਫੈਲ ਚੁੱਕਾ ਹੈ ਜਿਸ ਬੰਦੇ ਨੂੰ ਕੋਈ ਛੁੱਟੀ ਨਹੀਂ ਹੈ ਜਿਸ ਬੰਦੇ ਨੂੰ 24 ਘੰਟੇ ਦੱਬੀ ਆਉਂਦੇ ਆ ਉਹਦਾ ਡਿਪਰੈਸ਼ਨ ਦਾ ਹਾਲ ਤੇ ਫਿਰ ਤੁਹਾਨੂੰ ਪਤਾ ਹੀ ਨਹੀਂ ਜਿਹੜਾ ਹੋਏਗਾ ਸੋ ਨੁਕਤੇ ਦੀ ਗੱਲ ਇਹ ਹੈ ਜਿਹੜੀ ਗੱਲ ਕਰਨ ਵਾਲੀ ਹੈ ਪੁਲਿਸ ਨੂੰ ਅਸੀਂ ਨਿੰਦ ਦੇ ਰਹੀ ਨਹੀਂ ਆ ਜਾਂ ਕਹਿ ਲਓ ਕਿ ਉਹਨਾਂ ਦੀ ਮੁਖਾਲਫਤ ਕਰਦੇ ਆ ਚਲੋ ਕ੍ਰਿਟੀਸਿਜ਼ਮ ਹੋਣਾ ਵੀ ਸ਼ਹੀਦਾ ਜਿੱਥੇ ਮਾੜਾ ਕਰਦੇ ਨੇ ਪਰ ਰੌਲਾ ਇਸ ਕੱਲ ਦਾ ਹੈ ਕਿ ਇਹ ਸਾਰਾ ਕੁਝ ਜਿਹੜਾ ਹੋ ਰਿਹਾ ਠਾਣਿਆਂ 'ਚ ਖੁਦਕੁਸ਼ੀ ਕਰ ਰਹੇ ਨੇ ਫਿਰ ਇਸ ਤਰ੍ਹਾਂ ਆਪਣੇ ਪਰਿਵਾਰ ਖਤਮ ਕਰ ਰਹੇ ਨੇ ਨਾ ਆ ਰਿਹਾ ਡਿਪਰੈਸ਼ਨ ਦਾ ਤਾਂ ਡਿਪਰੈਸ਼ਨ ਵਾਸਤੇ ਕਰਨਾ ਕੀ ਹੈ ਜੀ ਉਹ ਤੇ ਦੱਸੋ ਨਾ ਕਿ ਪੁਲਿਸ ਲਈ ਕੀ ਕਰੋਗੇ ਤੁਸੀਂ ਜੀ ਉੱਥੇ ਆ ਕੇ ਬੱਸ ਹੋ ਜਾਂਦੀ ਹੈ ਅੱਗੇ ਇੱਕ ਡੀਜੀਪੀ ਆਇਆ ਕਹਿੰਦਾ ਸੰਡੇ ਦੀ ਛੁੱਟੀ ਕਰਾਂਗੇ ਕਿਹੜੀ ਛੁੱਟੀ ਹੋਣੀ ਸੀ ਉਹਦੀ ਆਪ ਦੀ ਛੁੱਟੀ ਹੋ ਗਈ ਕੋਈ ਫੰਕਸ਼ਨ ਸੈਲੀਬ੍ਰੇਟ ਕਰਨਾ ਬਰਥਡੇ ਜਾਂ ਕੁਝ ਹੋਰ ਹੋ ਜਾਂਦੀ ਹੈ ਕੁਝ ਇਹਨਾਂ ਨੇ ਵੀ ਆਖਿਆ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ ਜੀ ਉਹ ਸਾਰੀਆਂ ਗੱਲਾਂ ਤੁਸੀਂ ਲਾਗੂ ਕਰੋਗੇ ਤੇ ਤਦੇ ਹੈ ਨਾ ਸੋ ਮੇਨ ਗੱਲ ਤੇ ਇਹ ਆ ਕਿ ਡਿਪਰੈਸ਼ਨ ਸਾਨੂੰ ਖਾ ਰਿਹਾ ਹੈ ਸਾਡੀ ਸੋਸਾਇਟੀ ਚ ਨਾ ਇਹਦੇ ਤੇ ਚਰਚਾ ਹੁੰਦੀ ਆ ਨਾ ਅਸੀਂ ਪ੍ਰਸ਼ਾਸਕੀ ਤੌਰ ਤੇ ਇਹਦੇ ਤੇ ਕੰਮ ਦੇਖਦੇ ਆ ਕੋਈ ਕਾਉਂਸਲਰ ਨਹੀਂ ਉਰੇ ਕੋਈ ਇੱਥੇ ਮਨੋਰੋਗਾਂ ਦਾ ਮਾਹਰ ਨਹੀਂ ਹੈ ਹਸਪਤਾਲਾਂ ਚ ਆ ਇੱਥੇ ਨਾ ਕਈ ਵਾਰ ਸਾਨੂੰ ਫੋਨ ਕਰਦੇ ਨੇ ਲੋਕ ਚਲੋ ਆਪਦੇ ਬੱਚੇ ਦੀ ਪ੍ਰੋਬਲਮ ਦੱਸਦੇ ਆ ਤੇ ਉਹ ਸੁਝਾ ਦਈਦਾ ਕਿ ਯਾਰ ਐਸ ਸੂਰਤ ਦੇ ਵਿੱਚ ਤੁਹਾਨੂੰ ਕਾਉਂਸਲਿੰਗ ڪرਾਨੀ ਚਾਹੀਦੀ ਹੈ ਬੱਚੇ ਦੀ ਉਹ ਕਹਿੰਦੇ ਕਿੱਥੇ ਜਾਈਏ ਕੋਈ ਦੱਸੋ ਮਤਲਬ ਕਿ ਵੱਡੇ ਸ਼ਹਿਰਾਂ ਦੇ ਲਾਗੇ ਬੈਠੇ ਬੰਦਿਆਂ ਨੂੰ ਵੀ ਨਹੀਂ ਮਿਲ ਰਿਹਾ ਜੀ ਕਾਉਂਸਲਰ ਤੇ ਮੈਨੂੰ ਲੱਗਦਾ ਕਿ ਆਪਣੇ ਕਿਤੇ 30 35 ਹਸਪਤਾਲਾਂ ਦੇ ਪਿੱਛੇ ਇੱਕ ਹੋਵੇ ਤੇ ਬਹੁਤ ਵੱਡੀ ਗੱਲ ਆ ਜੀ ਆ ਜਿੰਨੇ ਜਿੰਨੇ ਵੀ ਸਾਡੇ ਛੋਟੇ ਵੱਡੇ ਹਸਪਤਾਲਾਂ ਦੇ ਇਹ ਚੀਜ਼ਾਂ ਹੈਗੀਆਂ ਨੇ ਬੁਨਿਆਦੀ ਤੌਰ ਤੇ ਕਿ ਭਾਈ ਇਹਨਾਂ ਦੇ ਮਾਈਂਡ ਫਰੈਸ਼ ਰੱਖਣ ਵਾਸਤੇ ਕੋਈ ਛੁੱਟੀ ਉੱਟੀ ਦਿਓ ਕੋਈ ਪ੍ਰੋਗਰਾਮ ਕਰੋ ਯਾਰ ਕੋਈ ਯੋਗਾ ਮੈਡੀਟੇਸ਼ਨ ਕਹਿੰਦੇ ਜੀ ਸਾਰੇ ਪੰਜਾਬ ਨੂੰ ਕਰੋਣਾ ਪਹਿਲਾਂ ਪੁਲਿਸ ਨੂੰ ਤੇ ਕਰਾਓ ਸਵੇਰੇ ਇਹਨਾਂ ਦਾ ਸੈਸ਼ਨ ਲਾਓ ਯਾਰ ਕੀ ਇਹ ਬੰਦੇ ਨਹੀਂ ਹੈ ਪੰਜਾਬ ਨੂੰ ਯੋਗਾ ਕਰਵਾਉਣਾ ਜੀ ਸਵੇਰੇ ਜਾ ਕੇ ਦੇਖੋ ਪੰਜਾਬ ਦੀਆਂ ਸੜਕਾਂ ਤੇ ਸੈਰ ਕਰਦੇ ਫਿਰਦੇ ਨੇ ਲੋਕ ਜਿੰਨੇ ਯੋਗਾ ਕਰਨਾ ਕਰੀ ਜਾਵੇ ਧਿਆਨ ਕਰਨਾ ਕਰੇ ਬਹੁਤ ਅੱਛੀ ਚੀਜ਼ ਹੈ ਕਰੇ ਤੁਸੀਂ ਤੁਸੀਂ ਮੋਦੀ ਦੇ ਮੁਕਾਬਲੇ ਖੜਾ ਕਰ ਦਿੱਤਾ ਆਪਣੇ ਕਨਸੈਪਟ ਲੈ ਆ ਕੇ ਉਹਨੇ ਯੋਗਾਡੇ ਸ਼ੁਰੂ ਕੀਤਾ ਜੀ ਨਾ ਕਿ ਯੋਗਾ 360 ਡੇ ਕਰ ਦਿੰਦੇ ਅਸੀਂ ਸੀਐਮ ਕੀ ਯੋਗਸ਼ਾਲਾ ਇਹ ਸਾਡਾ ਸ਼ਬਦ ਹੈ ਇਹ ਪਰ ਇਹ ਕਿੱਥੋਂ ਲੈ ਕੇ ਆਉਂਦੇ ਕੱਢ ਕੱਢ ਤਾਂ ਮਤਲਬ ਕਿ ਗੱਲ ਇਹ ਆ ਕਿ ਭਾਈ ਹੁਣ ਸਾਰਾ ਕੁਝ ਜਿਹੜਾ ਕਰ ਰਿਹਾ ਕਿ ਭਾਈ ਪੁਲਿਸ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਜੀ ਜਿਨ੍ਹਾਂ ਤੇ ਬਹੁਤ ਮੈਂ ਜੀ ਸਵੇਰੇ 5 ਵਜੇ ਤੋਂ ਫੈਲਾ ਫੋਲ ਲੱਗਦਾ ਹੈ ਤੇ ਰਾਤ ਦੇ 10 ਵਜੇ ਤੱਕ ਫੈਲਾ ਫੋਲਦੇ ਆਸਮ ਦੇ ਵਿੱਚ ਨਾਲ ਫੈਲਾ ਲੈ ਕੇ ਜਾਂਦੇ ਹੋ ਤੇਲੰਗਾਨਾ ਚ ਨਾਲ ਲੈ ਕੇ ਜਾਂਦੇ ਹੋ ਕਰਨਾਟਕ ਚ ਨਾਲ ਲੈ ਕੇ ਜਾਂਦੇ ਹੋ ਨਹੀਂ ਉਧਰ ਮੈਂ ਟੋਲ ਵਾਲ ਦਿਨ ਤੇ ਦੇਖਾਂਗਾ ਨਹੀਂ ਨਾਲ ਫੈਲਾ ਮੈਂ ਤਾਂ ਨਹੀਂ ਦੇਖਿਆ ਇਹ ਤੁਮ ਕਹਦੇ ਅੱਛਾ ਜੀ ਕਿੱਥੇ ਨਹੀਂ ਜਿੱਦਣ ਟੋਲ ਬੰਦ ਕਰਾਉਣ ਗਿਆ ਮੈਂ ਇਹ ਕਹਿ ਰਿਹਾ ਬਿਲਕੁਲ ਉਸ ਦਿਨ ਮਤਲਬ ਤੁਸੀਂ ਅੱਛਾ ਚਲੋ ਕਰਦੇ ਹੋਗੇ ਕੰਮ ਕਰਨਾ ਨਹੀਂ ਸਾਹਨਿਆ ਕੋਈ ਆਪ ਹੀ ਕਹਿੰਦੇ ਸੀ ਉਹ ਵੀ ਸੇਵਾ ਸੇਵਾ ਤੋਂ ਧੱਕੇ ਨਾਲ ਥੋੜਾ ਮਿਲੀ ਆ ਨਾ ਕਰੋ ਕਹਿੰਦੇ ਹੁੰਦੇ ਸੀ ਨਾ ਫਿਰ ਭੱਜੋ ਦੇ ਕੇ ਅਸਤੀਫਾ ਜੀ ਜੀ ਔਖਾ ਹੈ ਕੰਮ ਮਾਨ ਸਾਹਿਬ ਆ ਜਾਣਗੇ ਨਾਲੇ ਨਾਲ ਦੀ ਨਾਲ ਇਹਨਾਂ ਨੂੰ ਭੇਜ ਦਿਆਂਗੇ ਵੀ ਗੱਲ ਇਹ ਆ ਕਿ ਵਾਧੂ ਬੰਦੇ ਨੇ ਯਾਰ ਜੀ ਤਿਆਰ ਵਰ ਤਿਆਰ ਨਹੀਂ ਇਹਨਾਂ ਦੇ ਆਪਣੇ ਹੀ ਤਿਆਰ ਨੇ ਜੀ ਕਿ ਤੂੰ ਨਿਕਲ ਤਾਂ ਗੱਲ ਇਹ ਆ ਕਿ ਭਈ ਤੁਹਾਡੇ ਨਾਲੋਂ ਜਿਹੜਾ ਤੁਹਾਨੂੰ ਆਪਣਾ ਕੰਮ ਦੀਦਾ ਜਿਹੜਾ ਤੁਹਾਡੇ ਨਾਲੋਂ ਦੁੱਗਣਾ ਤਿੱਗਣਾ ਕੰਮ ਕਰਦਾ ਉਹਦੇ ਕੋਲ ਵਰਕ ਲੋਡ ਹੈ ਉਹ ਉਹਦੇ ਬਾਰੇ ਵੀ ਦੇਖੋ ਸੋਚੋ ਇਹ ਡਿਪਰੈਸ਼ਨ ਸਾਡੀ ਸੋਸਾਇਟੀ ਨੂੰ ਘੋਣ ਵਾਂਗੂ ਖਾ ਰਿਹਾ ਹਜ਼ੂਰ ਖਾ ਰਿਹਾ ਇਹ ਚੀਜ਼ ਮਨੋ ਇਹ ਬਹੁਤ ਖਤਰਨਾਕ ਬਿਮਾਰੀ ਆ ਮੈਂ ਖੁਦ ਵੀ ਜੂਜਿਆਂਸ ਨਾਲ ਤੇ ਆਪਣੇ ਪਿਆਰਿਆਂ ਨੂੰ ਜੂਜਦਿਆਂ ਵੀ ਦੇਖਿਆ ਇਹ ਬਹੁਤ ਖਤਰਨਾਕ ਅਵਸਥਾ ਹੈ ਬਹੁਤ ਖਤਰਨਾਕ ਜੀ ਬਿਲਕੁਲ ਬਿਲਕੁਲ ਇਧਰ ਜਗਮੀਤ ਸਿੰਘ ਪੁਲਰ ਕਹਿ ਰਿਹਾ ਜੀ ਕਿ ਪੁਲਿਸ ਰਿਫਾਰਮਸ ਨੀਡਿਡ ਇਮੀਡੀਏਟਲੀ ਜੀ ਬਿਲਕੁਲ ਅਸੀਂ ਤਾਂ ਪਹਿਲਾਂ ਵੀ ਇਹ ਪਹੁੰਚ ਕੀਤੀ ਆ ਦੇਖੋ ਇਹ ਗੱਲ ਕਹਾ 5 ਸਾਲ ਹੋ ਗਏ ਮੇਰੇ ਨਾਲ ਜਿਹੜੇ ਪੁਰਾਣੇ ਜੁੜੇ ਉਹ ਤੁਹਾਨੂੰ ਹੁਣੇ ਦੱਸ ਦੇਣਗੇ ਜਦੇ 4-5 ਸਾਲ ਹੋ ਗਏ ਸ਼ਬਦ ਲੈਂਦਾ ਕਿ ਪੁਲਿਸ ਰਿਫਾਰਮਸ ਹੁੰਦੇ ਨੇ ਪੂਰੇ ਇੰਡੀਆ ਚ ਉਹਦੀ ਜ਼ਰੂਰਤ ਹੈ ਪਰ ਕਿਸੇ ਵੀ politcal ਮੰਚ ਤੇ ਇਹਦੀ ਕੋਈ ਡਿਬੇਟ ਨਹੀਂ ਹੈ ਜੀ ਤਾਂ ਜਦੋਂ ਤੱਕ politcal ਮੰਚਾਂ ਤੇ ਡਿਬੇਟ ਨਹੀਂ ਹੋਏਗੀ ਤੋ ਦੇ ਹੱਲ ਕਿੱਦਾਂ ਹੋਣਗੇ ਇਹ ਬਹੁਤ ਜ਼ਰੂਰੀ ਨੇ ਰਿਫਾਰਮਸ ਕਰਨੇ ਬਹੁਤ ਜ਼ਰੂਰੀ ਨੇ ਜੀ ਤਾਂ ਹੀ ਤੁਸੀਂ ਪੁਲਿਸ ਦਾ ਜਿਹੜਾ ਸਵਾਲ ਹੈ ਨਾ ਉਹ ਮਿੱਤਰਤਾ ਵਾਲਾ ਬਣਾਉਂਗੇ ਜੀ ਤਾਂ ਹੀ ਉਹਨਾਂ ਨੂੰ ਤੁਸੀਂ ਹੋਰ ਪ੍ਰੋਫੈਸ਼ਨਲ ਬਣਾਉਂਗੇ ਜੀ ਜਦੋਂ ਅਸੀਂ ਇਹ ਗੱਲ ਨਹੀਂ ਕਰਦੇ ਉਹ ਲਾਂਭਾ ਦਿੰਦੇ ਨੇ ਮੈਨੂੰ ਪੁਲਿਸ ਵਾਲੇ ਮੈਨੂੰ ਹਫਤ ਤੱਕ ਪਹਿਲਾਂ ਇੱਕ ਕਿਸੇ ਜਾਣਕਰ ਦਾ ਫੋਨ ਆਇਆ ਮਿੰਟੂ ਜੀ ਮਨ ਸੋਸਾਇਟੀ ਤੋਂ ਤਾਂ ਉਹ ਕਹਿੰਦੇ ਉਹ ਮੁਲਾਜ਼ਮ ਹੈ ਬਹੁਤ ਚਿਰ ਵਾਰ ਗੱਲ ਹੋਈ ਮੇਰੀ ਉਹਨਾਂ ਨਾਲ ਤੇ ਕਹਿੰਦੇ ਯਾਰ ਵੀ ਇੱਕ ਗੱਲ ਤਾਂ ਮੈਨੂੰ ਬੜੀ ਤੁਹਾਡੀ ਖਾਸ ਲੱਗਦੀ ਹੈ ਕਿ ਬਈ ਪੁਲਿਸ ਦੀ ਗੱਲ ਤੁਸੀਂ ਕਰਦੇ ਹੋ ਕਹਿੰਦੇ ਕਿ ਮਿੰਟੂ ਜੀ ਸਪੈਸ਼ਲੀ ਗੱਲ ਕਰਦੇ ਕਿ ਮੇਰੀ ਫਾਰਮ ਦੇ ਉੱਤੇ ਗੱਲ ਹੋਣਾ ਤੋਂ ਹੋਣੀ ਚਾਹੀਦੀ ਹੈ ਜੀ ਬਿਲਕੁਲ ਮੈਂ ਕਰਦਾ ਮੈਂ ਕਿਉਂ ਮੈਂ ਉਹਨਾਂ ਦੀ ਨੁਕਤਾਚੀਨੀ ਕਰਦਾ ਜੀ ਨੁਕਤਾਚੀਨੀ ਬਤੌਰ ਪੇਸ਼ੇਵਰ ਕਿ ਤੁਸੀਂ ਪੇਸ਼ੇਵਰ ਹੋ ਪੇਸ਼ੇਵਰ ਫੋਰਸ ਹੈ ਅਨੁਸ਼ਾਸਨ ਨਾਤਮਕ ਫੋਰਸ ਹੈ ਗਲਤੀ ਕਰੋਗੇ ਸੀ ਘੇਰਾਂਗੇ ਪਰ ਕਿਉਂਕਿ ਤੁਸੀਂ ਬੰਦੇ ਹੋ ਮੈਨੂੰ ਮੈਨੂੰ ਪਤਾ ਮੇਰੇ ਆਪਣੇ ਭਰਾ ਭਤੀਜੇ ਉਹ ਤਿੰਨ ਤਿੰਨ ਦਿਨ ਬਾਅਦ ਮੁੜਦੇ ਨੇ ਘਰ ਵਾਲੀ ਤਿਆਰ ਹੋ ਕੇ ਬੈਠੀ ਰਹਿੰਦੀ ਐ ਇੱਥੋਂ ਆ ਗਿਆ ਇਸ ਨਾਕੇ ਤੋਂ ਤਰਪੈਸ ਨਾਕੇ ਤੋਂ ਤਰਪੈਸ ਨਾਕੇ ਤੋਂ ਤਰਪਿਆ ਉਹ ਸੂਟ ਪਾ ਕੇ ਬੈਠੀ ਰਹਿੰਦੀ ਐ ਵਿਚਾਰੀ ਹੁਣ ਆਏਗਾ ਹੁਣ ਆਏਗਾ ਹੁਣ ਆਏਗਾ ਸ਼ਾਮ ਪੈ ਜਾਂਦੀ ਹੈ ਖਾਣਾ ਕੀ ਹੁੰਦਾ ਤੇ ਉੱਥੇ ਇੱਕ ਦੂਜੇ ਨੂੰ ਮਤਲਬ ਕਿ ਪਹਿਲਾਂ ਤਾਂ ਤੱਤੀਆਂ ਠੰਡੀਆਂ ਕਹਿੰਦੇ ਆ ਜੀ ਸੋ ਇਹ ਆ ਕਿ ਭਾਈ ਸਾਰਿਆਂ ਦੀ ਜ਼ਿੰਦਗੀ ਆ ਉਹ ਜ਼ਰੂਰ ਹੋਣਾ ਚਾਹੀਦਾ ਇਹ ਫਰਜ਼ ਬਣਦਾ ਸਾਡਾ ਜੀ 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 ਬਿਲਕੁਲ ਮੈਂ ਤਾਂ ਕਹਿੰਦਾ ਕਿ ਲੀਡਰਾਂ ਦੀ ਵੀ ਜ਼ਿੰਦਗੀ ਵਧੀਆ ਹੋਣੀ ਚਾਹੀਦੀ ਆ ਜੀ ਜੋ ਵੀ ਆ ਪਰ ਲੀਡਰਾਂ ਦੀ ਜਿਹੜੀ ਜ਼ਿੰਮੇਵਾਰੀ ਆ ਵਧੀਆ ਨਿਭਾਓ ਵੀ ਦੋਨੇ ਚੀਜ਼ਾਂ ਆ ਕਿ ਫੋਰਸ ਤੋਂ ਕੰਮ ਵੀ ਠੋਕ ਕੇ ਲਓ ਪਰ ਜੋ ਉਹਨਾਂ ਦਾ ਯਾਰ ਬੁਨਿਆਦੀ ਹੱਕ ਹੈ ਇੱਕ ਇਨਸਾਨ ਦੇ ਤੌਰ ਤੇ ਉਹ ਵੀ ਤਾਂ ਦਿਓ ਨਾ ਜੀ ਬਿਲਕੁਲ ਬਿਲਕੁਲ ਜੀ ਇਧਰੋਂ ਜਗਦੀਪ ਜੀ ਕਹਰੇ 2012 ਦੇ ਵਿੱਚ ਬਾਈ ਜੀ ਕਹਨੇ ਮੈਨੂੰ ਇੱਕ ਬੱਸ ਦੇ ਵਿੱਚ ਇੱਕ ਸਿਪਾਈ ਮਿਲਿਆ ਉਹ ਮੁੰਡਾ ਜਿਹੜਾ ਪੋਸਟ ਗ੍ਰੈਜੂਏਟ ਸੀਗਾ ਨੌਕਰੀ ਤੋਂ ਨਾਕੋਸ਼ ਸੀਗਾ ਜੀ ਕਹਨੇ ਕਿ ਬੜਾ ਮਯੂਸ ਸੀਗਾ ਉਹ ਅਫਸਰਾਂ ਟੁੱਟੇ ਪਏ ਨੇ ਦੇਖੋ ਅਫਸਰਾਂ ਦੇ ਵਤੀਰੇ ਜੀ ਲੋਕਾਂ ਦੀਆਂ ਗੱਲਾਂ ਜੀ ਬਥੇਰਾ ਖੁਸ਼ ਆ ਜੀ ਬਥੇਰਾ ਖੁਸ਼ ਉਹ ਸਾਰੀਆਂ ਚੀਜ਼ਾਂ ਫੇਸ ਕਰਨੀਆਂ ਤੁਸੀ ਜੀ 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 ਉਹਨਾਂ ਚੀਜ਼ਾਂ ਦੇ ਬੋਝ ਲੈ ਕੇ ਰਾਤ ਨੂੰ ਸੌਣਾ ਤੁਸੀ ਜੀ ਉਹ ਵੀ ਚੰਦ ਘੰਟੇ ਜੀ ਰਾਤ ਨੂੰ ਆਏ ਸਵੇਰੇ ਉੱਠ ਕੇ ਕਈ ਵਾਰ ਤੇ ਜਿਹੜੇ ਵਿਚਾਰੇ ਹੁੰਦੇ ਨੇ ਟ੍ਰੇਨੀ ਜਾਂ ਇਹ ਤੇ 2-2 3-3 ਮਹੀਨਿਆਂ ਬਾਅਦ ਆਉਂਦੇ ਨੇ ਜੀ ਤੇ ਜੇ ਮੰਨ ਲਓ ਨਵੀਂ ਡਿਊਟੀ ਵਾਲਾ ਉਹਨੂੰ ਡਿਊਟੀ ਇੱਧਰ ਤਸਤਾ ਉੱਧਰ ਤਸ ਦਿੱਤਾ ਜਿਹਦਾ ਜ਼ਿਲ੍ਹਾ ਦੂਰ ਆ ਭਰਤੀ ਵਾਲਾ ਉਹ ਵਿਚਾਰਾ ਜੇ ਆਇਆ ਰਾਤ ਨੂੰ ਪਹੁੰਚਿਆ ਸਵੇਰੇ ਫੇਰ ਉਹਦੇ ਬੈਗ ਜਿਹੜਾ ਉਹ ਪਿੱਠ ਤੇ ਆ ਜੀ ਇਹ ਚੀਜ਼ਾਂ ਜਿਹੜੀਆਂ ਠੀਕ ਕਰਨ ਦੀ ਲੋੜ ਹੈ ਬਿਲਕੁਲ ਬਿਲਕੁਲ ਜੀ ਧਰੋ ਮੰਦਿਰ ਗਿੱਲ ਜੀ ਐ ਮਿੰਟੂ ਜੀ ਇਹ ਕਹਿੰਨੇ ਕਿ ਜੀ ਮੈਂ ਵੈਲਵਿੰਗ ਕੋਚ ਆ ਜੀ ਜੇ ਕਿਸੇ ਨੂੰ ਹੈਲਪ ਚਾਹੀਦੀ ਹੋਈ ਤਾਂ ਮੈਨੂੰ ਦੱਸਿਓ ਜੀ ਤੁਸੀਂ ਮੇਰੇ ਖਿਆਲ ਨਾਲ ਬਾਈ ਸਾਨੂੰ ਆਪਦਾ ਕੰਟੈਕਟ ਹੈ ਜਿਹੜਾ ਪੇਜ ਉਹ ਸੀ ਬਿਲਕੁਲ ਇਹਨਾਂ ਦੇ ਨਾਲ ਕਿਸੇ ਦਿਨ ਤੁਸੀਂ ਗੱਲ ਕਰ ਲਓ ਹਾਂ ਤਾਂ ਤੁਸੀਂ ਉਹ ਇੱਕ ਰਿਕਾਰਡ ਕਰ ਲਓ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਕਿ 20-25 ਮਿੰਟ ਦੀ ਨਾ ਇੱਕ ਗੱਲਬਾਤ ਰਿਕਾਰਡ ਕਰ ਲਓ ਤਾਂ ਕਿ ਉਹ ਇੱਥੇ ਆਪਣੇ ਚੈਨਲ ਤੇ ਪਈ ਰਹੇਗੀ ਜੀ ਤਾਂ ਕਿ ਉਹ ਸਾਰਿਆਂ ਨੂੰ ਮਦਦਗਾਰ ਸਾਬਤ ਹੋ ਗਏ ਜੀ ਤੇ ਇੱਕ ਤੁਹਾਡਾ ਫਿਰੋਸ ਦੇ ਨੰਬਰ ਫਲੈਸ਼ ਹੋ ਜਾ ਬਿਲਕੁਲ ਬਿਲਕੁਲ ਤੇ ਭਾਈ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਈਮੇਲ ਜਾਂ ਵਟਸਐਪ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਡਾ ਨੰਬਰ ਵੀ ਮਿਲ ਜੂਗਾ ਨਾਲ ਹੀ ਈਮੇਲ ਮਿਲ ਜੂਗੀ ਜੇ ਇੱਥੇ ਨਹੀਂ ਇਹ ਦੇਣਾ ਚਾਹੁੰਦੇ ਪਬਲੀਕਲੀ ਆਪਣਾ ਨੰਬਰ ਨਹੀਂ ਦੇਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ ਇਹਨਾਂ ਨੂੰ ਕਹੋ ਕਿ ਈਮੇਲ ਵਗੈਰਾ ਛੱਡ ਦਿਓ ਜੇ ਇੱਥੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਤੇ ਇੱਥੇ ਵੀ ਦੇ ਦੇਣਾ ਜੀ ਬਿਲਕੁਲ ਤੇ ਤੁਸੀਂ ਜਰਾ ਸ਼ੇਅਰ ਕਰ ਦਿਓ ਤਾਂ ਕਿ ਸੌਖਾ ਹੋ ਜਾਏਗਾ ਕਈ ਵਾਰ ਕਈ ਚੀਜ਼ਾਂ ਦਾ ਦੇਖਣਾ ਪੈਂਦਾ ਜੀ ਜੀ ਬਿਲਕੁਲ